ਕਿ ਜ਼ਮੀਨ ਹੈਗੀ ਕੋਈ ਆਪਣੇ ਕੋਲ? ਅੱਧਾ ਕਿੱਲਾ, ਅੱਧਾ ਕਿੱਲਾ ਹੀ ਆ? ਅੱਧਾ ਕਿੱਲਾ ਤਾਂ ਨਾ ਹੋਏ ਅਰਗੀ ਆ। ਇਹ 40 ਲੱਖ ਰੁਪਈਆ ਯਾਰ, ਇੰਨਾ ਫਿਰ ਸਾਰੀ ਪੂੰਜੀ ਜਿਹੜੀ ਤੂੰ ਸਾਰੀ ਕਮਾਈ ਲਾਤੀ ਉਹਦੇ ਤੇ? ਚਾਹ ਤੇ ਲਾਤੀ ਪਈ ਯਾਰ ਸਾਰੀ। ਹਾਂ ਕੀ ਵੇਖ ਕੇ ਕੋਟਲੀ ਦੇ ਬੰਦ ਤੋਂ ਆ। ਛੋਟਾ ਜਿਹਾ ਉਹਨਾਂ ਦਾ ਇੱਕ ਸੁਪਨਾ ਵੀ ਛੋਟਾ ਜਿਹਾ ਹੋਟਲ ਖੁੱਲ ਜੇ, ਤੇ ਚਲੋ ਕਿਹਨੂੰ ਚਾਹ ਨਹੀਂ ਹੁੰਦਾ। ਇਹ ਸਲੰਸਰ ਆ, ਇਹ ਸਲੰਸਰ ਆ ਜਿੱਥੋਂ ਧੂੰਆਂ ਆ ਨਿਕਲਦਾ, ਯਾਨੀ ਕਿ ਦੋ ਇੰਜਣ। ਉਸ ਤੋਂ ਅੱਜ ਆਪਾਂ ਪਹੁੰਚੇ ਹਾਂ ਪਿੰਡ ਕੋਟਲੀ ਦੇਵਣ, ਅਤੇ ਇੱਥੇ ਇੱਕ ਵੀਰ ਨੇ ਬੜੀ ਯੂਨਿਕ ਜਿਹੀ ਚੀਜ਼ ਲਿਆਂਦੀ ਆ, ਜਿਹਨੂੰ ਆਪਾਂ ਪੰਜਾਬੀ 'ਚ ਕਹਿ ਦਿੰਦੇ ਹਾਂ ਹੈਲੀਕਾਪਟਰ। ਕਿਉਂ ਬਾਈ ਜੀ? ਹਾਂਜੀ। ਅਤੇ ਇਹ ਬਾਈ ਕਿੱਥੋਂ ਲੈ ਕੇ ਆਇਆ, ਕਿੰਨੇ ਪੈਸਿਆਂ 'ਚ ਲੈ ਕੇ ਆਇਆ, ਅਤੇ ਇਹਨੇ ਆਖਿਰਕਾਰ ਕਰਨਾ ਕੀ ਆ, ਇਸ ਬਾਰੇ ਜਾਣਦੇ ਹਾਂ। ਕਿਉਂਕਿ ਹੈਰਾਨੀ ਵਾਲੀ ਗੱਲ ਆ, ਹੈ ਨਾ, ਜਦੋਂ ਅਸੀਂ ਇੱਥੋਂ ਟੱਪੇ ਤਾਂ ਅਸੀਂ ਇਹ ਅਚਾਨਕ ਸਾਡੀ ਜਦੋਂ ਨਿਗਾਹ ਪਈ ਅਤੇ ਸਾਡੇ ਤਾਂ ਵੇਖ ਕੇ ਮੇਰੇ ਤਾਂ ਸਭ ਜ਼ਿਆਦਾ ਹੋਸ਼ ਉੱਡ ਗਏ ਵੀ ਯਾਰ ਆਹ ਹੈਲੀਕਾਪਟਰ ਵਾਲਾ ਕਿਹੜਾ ਬੰਦਾ ਜਿਹਨੇ ਲਿਆਂਦਾ ਇਹ। ਤਾਂ ਮਿੱਤਰੋ ਮੇਰੇ ਮਨ 'ਚ ਰੁਚੀ ਜਾਗੀ ਵੀ ਜਾਣੀਏ ਵੀ ਕਿਉਂ ਲਿਆਂਦਾ, ਕਾਹਤੋਂ ਲਿਆਂਦਾ। ਕਿਊਰੀਸਿਟੀ ਜਿਹੜੀ ਹੁੰਦੀ ਨਾ, ਉਹਨੇ ਸਾਨੂੰ ਬਾਈ ਨਾਲ ਮਿਲਣ ਵਾਸਤੇ ਮਜਬੂਰ ਕਰਤਾ, ਅਤੇ ਬਾਈ ਤੋਂ ਅਸੀਂ ਬਹੁਤ ਮੰਤਰਲਿਆਂ ਨਾਲ ਟਾਈਮ ਲਿਆ। ਪਹਿਲਾਂ ਬਾਈ ਜੀ ਤੁਹਾਡਾ ਨਾਂ ਕੀ? ਮੇਰਾ ਨਾਮ ਜੱਗਾ ਸਿੰਘ ਹੈ ਜੀ। ਜੱਗਾ ਸਿੰਘ, ਪਿੰਡ ਆਪਣਾ ਆਹੀ ਆ ਕੋਟਲੀ ਦੇਵਣ? ਕੋਟਲੀ ਦੇਵਣ। ਤਾਂ ਬਾਈ ਜੀ ਇਹ ਹੈਲੀਕਾਪਟਰ ਤੁਸੀਂ ਕਿੱਥੋਂ ਲਿਆਂਦਾ? ਇਹ ਆਪਾਂ ਮਾਨਸਾ ਤੋਂ ਲਿਆਂਦਾ ਜੀ। ਮਾਨਸਾ ਤੋਂ? ਹਾਂਜੀ। ਬਾਈ ਜੀ ਪਹਿਲਾਂ ਆਪਣਾ ਕੰਮ ਦੱਸ, ਆਪਣਾ ਕੰਮ ਕੀ ਹੈ? ਆਪਣਾ ਕੰਮ ਵੈਲਡਿੰਗ ਦਾ ਹੀ ਹੈ। ਵੈਲਡਿੰਗ ਦਾ? ਆਹ ਆਪਣੀ ਦੁਕਾਨ? ਹਾਂਜੀ। ਪਿੰਡ 'ਚ ਯਾਨੀ ਕਿ ਫੁੱਲ ਕੰਮ ਆ ਤੁਹਾਡੇ ਕੋਲ? ਮਹਾਰਾਜ ਦੀ ਕਿਰਪਾ ਜੀ। ਮਹਾਰਾਜ ਦੀ ਕਿਰਪਾ। ਇਹ ਤੁਸੀਂ ਮਾਨਸਾ ਤੋਂ ਯਾਨੀ ਕਿ ਲਿਆਂਦਾ? ਹਾਂਜੀ। ਅੱਛਾ, ਅਤੇ ਕੀ ਕਿੰਨੇ ਪੈਸੇ ਲੱਗ ਗਏ ਅਤੇ ਕੀ ਪ੍ਰਾਈਜ਼ ਹੈ ਇਹਦਾ? ਇਹਦਾ ਬਾਈ 40 ਲੱਖ ਰੁਪਈਆ ਲੱਗ ਗਿਆ ਜੀ। ਆਹ ਜਿਹੜਾ ਜਹਾਜ਼ ਹੈਲੀਕਾਪਟਰ ਤੁਸੀਂ ਲਿਆਂਦਾ? ਹਾਂਜੀ। ਇਹ 40 ਲੱਖ ਰੁਪਈਏ 'ਚ ਤੁਸੀਂ ਲਿਆਂਦਾ ਮਾਨਸਾ ਤੋਂ? ਹਾਂਜੀ। ਤੇ ਲੈ ਕੇ ਆਉਣ ਦਾ ਖਰਚਾ ਕਿੰਨਾ? 1 ਲੱਖ ਰੁਪਈਆ ਲੱਗ ਗਿਆ। ਪੂਰਾ 1 ਲੱਖ? ਤੇ ਕਿਹਦੇ ਤੇ ਲੱਦ ਕੇ ਲਿਆਂਦਾ ਜੀ? ਇਹ ਵੱਡੇ ਘੋੜੇ ਤੇ ਲਿਆਂਦਾ, ਸਲੈਂਡਰ ਘੋੜੇ ਨਹੀਂ ਹੁੰਦੇ? ਹਾਂਜੀ ਹਾਂਜੀ ਹਾਂਜੀ। ਯਾਰ ਬਾਈ ਯਾਰ ਇਹ ਫਿਰ ਰੱਖਿਆ ਰੁੱਖਿਆ ਕਿਵੇਂ ਹੋਊਗਾ ਚੱਕ ਕੇ ਯਾਰ? ਹੈਡਰ ਨੇ ਰੱਖਿਆ ਬਾਈ ਯਾਰ, ਹੈਡਰ ਨੇ ਲਾਇਆ ਇੱਥੇ। ਅੱਛਾ, ਹੈਡਰੇ ਦਾ ਅਲੱਗ ਪੈਸੇ ਪੈ ਗਏ ਤੁਹਾਨੂੰ? ਹਾਂਜੀ। ਹੈਡਰੇ ਵਾਲੇ ਕਿੰਨਾ ਲੈ ਗਿਆ ਇਹਨੂੰ ਰੱਖਣ ਰਖਾਉਣ ਤੇ? 40,000 ਰੁਪਈਆ ਲੈ ਗਏ। 1 ਲੱਖ ਰੁਪਈਆ ਕਿਰਾਇਆ, 40,000 ਹੈਡਰੇ ਵਾਲਾ ਲੈ ਗਿਆ। ਇਹ ਸਾਰਾ ਟੋਟਲ 40 ਲੱਖ ਰੁਪਈਏ 'ਚ ਕੀਤਾ ਸੀ? ਤੇ ਆਹ ਜਿਹੜਾ ਟੁੱਟਿਆ, ਯਾਨੀ ਕਿ ਹੈਡਰੇ ਨੇ ਤੋੜਿਆ? ਇਹ ਇੱਥੇ ਦੇਖਤਾ ਬਈ ਲਾਉਣ ਲੱਗਿਆ ਨੇ। ਅੱਛਾ, ਤਾਂ ਕਰਕੇ ਬੈਲਟੀ ਛੱਡੀ ਗਈ, ਇੱਕਦਮ ਝੜਕਾ ਵੱਜ ਕੇ ਥੱਲੇ ਤਾਂ ਹੋ ਗਿਆ ਚਿੱਬਾ। ਇੰਜਣ ਉਂਜਣ ਇਹਦੇ 'ਚ ਹੈਗਾ ਸਾਰਾ? ਦੋ ਇੰਜਣ ਉੱਤੇ ਪਏ ਆ। ਉੱਤੇ ਦੋ ਇੰਜਣ ਪਏ? ਪਰਪੁਰ ਸਾਰੇ ਹੈਗੇ ਇਹਦੇ? ਹਾਂ, ਵਿੱਚ ਪਏ ਫਰ ਵੀ। ਵੈਸੇ ਚੱਲਦਾ ਕਿ ਥੋੜਾ ਜਿਹਾ, ਯਾਨੀ ਕਿ ਵੀ ਜੇ ਚਲਾਉਣਾ ਹੋਵੇ ਚੱਲ ਪਊਗਾ ਬਈ? ਵੀ ਰਿਪੇਅਰ ਕਰਕੇ ਚੱਲ ਸਕਦਾ ਇਹ? ਵੱਡੇ ਇੰਜਣਾਂ ਨੂੰ ਵੈਸੇ ਹੁੰਦਾ ਕੁਛ ਨਹੀਂਗਾ। ਵੈਸੇ ਸਰਕਾਰ ਤੋਂ ਮਨਜ਼ੂਰੀ ਨਹੀਂ ਲੈਣੀ ਪੈਂਦੀ? ਪਰਮਿਸ਼ਨ ਨਹੀਂ ਲੈਣੀ? ਪੱਕਾ ਲੈਣੀ ਪਊਗੀ ਬਈ, ਹਜੇ ਲੈਣੀ ਪਊਗੀ। ਹਾਂ, ਹਜੇ ਮਤਲਬ ਜੇ ਸਟਾਰਟਿੰਗ ਕਰਕੇ ਵੇਖਦੇ ਹਾਂ, ਮਤਲਬ ਇਹ ਚੈੱਕ ਕਰਦੇ ਹਾਂ ਜੇ ਨਹੀਂ, ਜੇ ਤਾਂ ਚਲਾਉਣਾ ਫਿਰ ਲੈਣੀ ਪਊਗੀ, ਫਿਰ ਲੈਣੀ ਪਊ। ਤੁਸੀਂ ਇਹ ਕਿਸ ਪਰਪਸ ਵਾਸਤੇ ਲਿਆ? ਅਸੀਂ ਤਾਂ, ਮੈਂ ਤਾਂ ਯਾਰ ਜਿਵੇਂ ਹੋਟਲ ਵਾਸਤੇ ਬਣਾਉਣ ਵਾਸਤੇ ਵੀ ਲੋਕ ਦੇਖਣ, ਬੜੇ ਲੋਕ ਇੱਥੇ ਘੱਟੋ ਘੱਟ 50 ਬੰਦੇ ਨੇ ਤਾਂ ਆਈ ਜਾਂਦੇ ਰਹਿੰਦੇ, ਲੋਕਲ ਹੀ ਦੇਖਣ। ਅੱਛਾ, ਜਿੱਦਣ ਦਾ ਤੁਸੀਂ ਲਿਆਂਦਾ ਡੇਲੀ 50 ਬੰਦੇ ਇੱਥੇ ਆਉਂਦੇ ਹੀ ਆਉਂਦੇ ਆ? ਆਉਂਦੇ ਦੇਖ ਯਾਰ, ਤੁਸੀਂ ਤਾਂ ਦੁਖੀ ਹੋ ਜਾਂਦੇ ਹੋਗੇ ਕੰਮ ਕਰਦੇ ਫਿਰ। ਕੋਈ ਗੱਲ ਨਹੀਂ, ਆਪਾਂ ਨੂੰ ਕੀ ਹੈ, ਕੋਈ ਇੰਜੋਏ ਵੇਖ ਕੇ ਫੋਟੋ ਖਿਚਵਾ ਕੇ ਜਾ ਵੜਦਾ ਬਈ। ਅੱਛਾ ਅੱਛਾ। ਹਾਂ, ਅੱਛਾ ਵੀ ਬਾਈ 40 ਲੱਖ ਰੁਪਈਆ ਯਾਰ, ਇੰਨਾ ਫਿਰ ਸਾਰੀ ਪੂੰਜੀ ਜਿਹੜੀ ਤੂੰ ਸਾਰੀ ਕਮਾਈ ਲਾਤੀ ਉਹਦੇ ਤੇ? ਚਾਹ ਤੇ ਲਾਤੀ ਬਈ ਯਾਰ ਸਾਰੀ। ਹਾਂ, ਕੀ ਵੇਖ ਕੇ ਤੇਰੇ ਦਿਮਾਗ 'ਚ ਆਇਆ, ਤੂੰ ਕਿੱਥੇ ਵੇਖਿਆ, ਤੈਨੂੰ ਕਿੰਨੇ ਇੱਥੋਂ ਤੱਕ ਪਹੁੰਚਾਇਆ? ਮੈਂ ਤਾਂ ਇਹ ਸੋਚਦਾ ਯਾਰ, ਆਪਣੇ ਪਿੰਡ ਦਾ ਨਾਂ ਨਿਕਲਣਾ ਚਾਹੀਦਾ ਜਿਵੇਂ ਮਰਜ਼ੀ ਨਿਕਲੇ। ਅੱਛਾ, ਵੀ ਕੋਈ ਕੁਸ ਕਾਹੇ ਤੇ ਕੋਈ ਕਾਹੇ ਤੇ, ਆਪਾਂ ਨੇ ਕੋਈ ਵੱਖਰਾ ਕੰਮ ਹੋਵੇ ਆਪਾਂ ਨੂੰ। ਅੱਛਾ, ਇੱਥੇ ਹੁਣ ਤੂੰ ਯਾਨੀ ਕਿ ਇਹਨੂੰ ਰਿਪੇਅਰ ਕਰਕੇ ਇਹਦੇ 'ਚ ਹੋਟਲ ਬਣਾਏਗਾ? ਹਾਂ। ਹੋਟਲ ਕਿੱਥੇ ਲਾਏਗਾ, ਕੋਟਲੀ ਦੇਵਣ ਜਾਂ ਕਿੱਥੇ ਕਿੱਥੇ? ਪਾਸੇ ਲਾਵਾਂਗੇ, ਵੱਡੇ ਰੋਡ 'ਤੇ ਲਾਵਾਂਗੇ, ਕਿਤੇ ਜਾਂ ਅੰਮ੍ਰਿਤਸਰ ਰੋਡ 'ਤੇ ਆ ਗਿਆ, ਜਾਂ ਮੁਕਤਸਰ ਦੇਖ ਲਾਂਗੇ ਜੇ ਉੱਥੇ ਨਵੇਂ ਕੋਟਪੁਰ ਰੋਡ 'ਤੇ। ਅੱਛਾ, ਤਾਂ ਬਾਈ ਇੱਕ ਪਲੱਸ ਵਾਲੀ ਗੱਲ ਆ ਵੀ ਬੰਦੇ ਕੋਲ ਕੋਈ ਜ਼ਮੀਨ ਨਹੀਂ, ਕੋਈ ਜਾਇਦਾਦ ਕਿ ਜ਼ਮੀਨ ਹੈਗੀ ਕੋਈ? ਆਪਣੇ ਕੋਲ ਅੱਧਾ ਕਿੱਲਾ? ਅੱਧਾ ਕਿੱਲਾ ਹੀ ਆ? ਅੱਧਾ ਕਿੱਲਾ ਤਾਂ ਨਾ ਹੋਏ ਅਰਗੀ ਆ, ਪਰ ਬੰਦੇ ਨੇ ਮਿਹਨਤ ਕੀਤੀ ਆ, ਵੈਲਡਿੰਗ ਦਾ ਕੰਮ ਆ ਪਿੱਛੇ ਆ, ਕਹਿੰਦੇ ਵੀ ਨਾ ਚੱਲਦਾ ਬਾਈ ਜੱਗੇ ਦਾ, ਜੱਗਾ ਕਹਿੰਦੇ ਬਾਈ ਆਪਾਂ ਨੂੰ, ਜੱਗਾ ਮਿਸਤਰੀ ਹੈ ਨਾ, ਨਾ ਚੱਲਦਾ। ਮਿਹਨਤ ਕਰਕੇ ਬੰਦੇ ਨੇ ਪੈਸੇ ਜੋੜ ਕੇ ਆ ਜਹਾਜ਼ ਲਿਆਂਦਾ, ਹੁਣ ਇੰਨੀ ਕੁ ਮਿਹਨਤ ਕਰਕੇ ਕਹਿੰਦਾ ਵੀ ਹੌਲੀ ਹੌਲੀ ਮੈਂ ਹੋਟਲ ਖੋਲ੍ਹਣਾ, ਉਸ ਤੋਂ ਬਾਅਦ ਤਾਂ ਬਾਈ ਵਿਖਾ ਸਾਨੂੰ ਫਿਰ ਜਹਾਜ਼। ਚੱਲ ਵੇਖ ਲੈ ਵੀ ਸਾਬਿਆ, ਤਾਂ ਬਾਈ ਜੱਗੇ ਵਿਖਾ ਯਾਰ ਅੰਦਰੋਂ ਸਾਨੂੰ।
ਇੰਜਨ ਉਂਜਨ ਕੋਈ ਮਾੜੀ ਮੋਟੀ ਨੌਲੇਜ ਹੋਊਗੀ ਕਿ ਨਹੀਂ ਅਜੇ? ਇੰਜਨ ਖੋਲਣਾ ਯਾਰ, ਇੱਥੇ ਤੈਨੂੰ ਵਿਖਾ ਦਿੰਦਾ, ਮੈਂ ਦੇਖੇ ਜ਼ਰੂਰ ਸਾਰਾ ਕੁਝ ਖੋਲ ਕੇ। ਅੱਛਾ, ਤੁਹਾਨੂੰ ਉਹਨਾਂ ਨੇ ਸਾਰਾ ਕੁਝ ਖੋਲ ਕੇ ਵਿਖਾਇਆ ਕਰਕੇ ਅਸੀਂ ਆਪਾਂ ਦੇਖਿਆ ਵੀ ਆਹ ਸਮਾਨ ਵਿੱਚ ਹੈਗਾ ਇਹਦੇ। ਅੱਛਾ ਅੱਛਾ, ਮਾੜਾ ਜਿਹਾ ਅੰਦਰ ਵੜੀਏ ਫਿਰ। ਆ ਜਾਓ, ਚੱਲ ਬਈ। ਆਹ ਰੀ ਨਾਲ ਫੜ ਪਏ ਆ, ਆਹ ਰੀ ਨਾਲ ਫੜ ਆ। ਇਹਨਾਂ ਫੜਾਂ ਦੇ ਸਿਰ ਤੇ ਯਾਰ ਇਹ ਬੜੇ ਮਜ਼ਬੂਤ ਆ। ਹੈ ਇਹ ਹਵਾ 'ਚ ਸਰਵਾਈਵ ਕਰ ਲੈਂਦੇ ਆ ਇਹ? ਅੱਛਾ, ਇਹ ਸਾਰੇ ਜਿਹੜੇ ਆ ਜਿਹੜੇ ਇਹ ਮਸਲਾ ਹੀ ਤਿਆਰ ਕਰਦੇ ਆ। ਅੱਛਾ 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 ਅੱਛਾ, ਲੈ ਬਈ ਆ ਬਈ। ਆਹ ਜਿਹੜੇ ਬਾਈ ਮੀਟਰ ਮੂਟਰ ਚੱਲਦੇ ਸੀਗੇ ਇਹਦੇ ਸਾਰੇ? ਨਹੀਂ, ਅਸੀਂ ਲਾਏ ਆਪ। ਅੱਛਾ, ਇਹ ਵੈਸੇ ਤੁਸੀਂ ਮਤਲਬ ਖਾਲੀ ਜਿਹਾ ਬੜਾ ਲੱਗਦਾ ਸੀ, ਖਾਲੀ ਦਾ ਵਾਹਵਾ ਲੱਗਦਾ ਸੀ। ਠੀਕ ਆ, ਬਾਕੀ ਸਾਰੇ ਉਸ ਘਰੇ ਨਾਲੇ ਆ, ਲਾਈਟਾਂ ਲੁੱਟੇ ਚਲਾਈਆਂ ਤੇ ਇਸ ਤੇ ਚੱਲ ਪੈਂਦੀਆਂ, ਮੰਨ ਲਓ ਸਾਰੀਆਂ ਜਗਾਉਣੀਆਂ। ਜਗ ਪੈਂਦਾ ਸੀ, ਅੱਜ ਤਾਰ ਜੀ ਲਾਤੀ। ਅੱਛਾ, ਉਂਝ ਤਾਰ ਜੀ ਲਾਤੀ ਰਾਤ ਨੂੰ, ਇਹ ਯਾਨੀ ਕਿ ਸਾਰਾ ਜਗਦਾ ਸੀ ਵਧੀਆ? ਹੈ, ਬਹੁਤ ਸੋਹਣਾ ਲੱਗਦਾ ਬਈ। ਵਿੱਚੋਂ ਤੈਨੂੰ ਲਾਈਟਾਂ ਵੀ ਵਿਖਾ, ਮੇਰੇ ਕੋਲ ਵੀਡੀਓ ਵੀ ਸੀਗੀ। ਵਿਖਾ ਵਿਖਾ ਜੇ, ਵੀਡੀਓ ਹੈਗੀ ਆ ਤਾਂ। ਇਹ ਫਿਰ ਬਾਈ ਫੌਜੀਆਂ ਦਾ ਜਹਾਜ਼ ਲੱਗਦਾ ਨਾ, ਲੜਾਈ ਲੜੂਈ 'ਚ ਵਰਤਦੇ ਆ। ਫੌਜੀਆਂ ਵਾਲੇ ਆ, ਇਹ ਤੁਹਾਨੂੰ ਕੁਆੜ 'ਚ ਮਿਲਿਆ? ਇਹ ਤਾਂ ਗੁਰੂਆ ਬਹਿੰਦੇ ਸੀ ਬੜੇ ਪਿੱਛੇ ਜੱਗੇ, ਵੇਖੀ ਆਪਣੇ ਸਭ ਵੇਖਾ ਜਗਦੇ ਦੀ ਵੀਡੀਓ ਗਈ। ਓ ਵਾਹ ਬਾਬੇ, ਆਹ ਤਾਂ ਵਾਕਈ ਹੋਟਲ ਵਾਲੀ ਫੀਲ ਹੋਏ। ਇੱਧਰ ਵੇ ਹੋਏ, ਇੱਧਰ ਵੇ ਹੋਏ। ਇਹ ਤਾਂ ਮਤਲਬ ਬਾਈ, ਇਹ ਮੈਨੂੰ ਸੈਂਡ ਕਰਦੀ, ਆਪਣਾ ਨੰਬਰ ਲੈ ਲਈਏ। ਵਾਹ ਬਈ ਵਾਹ, ਪਿੱਛੋਂ ਜਗਦੇ ਦੀ ਬਾਹਰੋਂ ਵੀ ਸੀਗੇ। ਬਾਈ ਇੱਕ ਗੱਲ, ਗੁੱਸਾ ਨਾ ਕਰੀ, ਮੈਂ ਇੱਕ ਗੱਲ ਪੁੱਛਾਂ ਬਾਈ ਦੀ ਵੇ, ਜੇ ਕਿਸੇ ਨੇ ਲੈਣਾ ਹੋਵੇ ਤਾਂ ਯਾਰ, ਜੇ ਕੋਈ ਮਾੜੇ ਕੋਈ ਚਾਰ ਪੈਸੇ ਵੱਧ ਦਿੰਦਾ ਤਾਂ ਦੇ ਦਾਂਗੇ। ਜੇ ਕੋਈ ਚਾਹਵਣ ਹੋਇਆ ਯਾਰ, ਮੈਂ ਖਰੀਦਣਾ ਜਹਾਜ਼, ਹਾਂ ਮਤਲਬ ਤੇ ਕਰ ਦੋਗੇ? ਫਿਰ ਕਰ ਦਾਂਗੇ ਵੈਸੇ। ਕੋਈ ਜੇ ਤੁਹਾਨੂੰ ਕੋਈ 5-4 ਲੱਖ ਦਾ, 7-8 ਲੱਖ ਵਟਿੰਦਾ ਆ, ਹਾਂ ਫਿਰ ਦੇਵਾਂਗੇ। ਨਹੀਂ, ਐ ਨਹੀਂ ਦਿੰਦੇ, ਐ ਨਹੀਂ ਦਿੰਦੇ। ਹਾਂ, ਇਹ ਫਿਰ ਤੁਸੀਂ ਯਾਨੀ ਕਿ ਮੈਨੂੰ ਆਈਡੀਆ ਦੱਸੋ ਵੀ ਇਹ ਤੁਸੀਂ ਕਿਤੇ ਵੀਡੀਓ ਵਾੜੀਓ ਦੇਖੀ ਸੀ ਇਹਦੀ, ਜਾਂ ਕਿਸੇ ਨੇ ਕਨੈਕਟ ਕੀਤਾ ਸੀ ਤੁਹਾਡੇ ਨਾਲ? ਮਤਲਬ ਮੈਂ ਸੁਣਿਆ ਸੀ ਕਿ ਮਿੱਠੂ ਕੁਆੜੀ ਕੋਲੇ ਜਹਾਜ਼ ਆਏ ਆ। ਮਿੱਠੂ ਕੁਆੜੀਏ ਕੋਲੇ? ਹਾਂ, ਉੱਥੇ ਫਿਰ ਗਏ ਚਲੇ ਤੁਸੀਂ, ਤੁਹਾਡਾ ਸੌਦਾ ਰਲ ਗਿਆ। ਹੈ, ਹਾਂ, ਚਲ ਬੜੀ ਤਗੜੀ ਗੱਲ। ਆ ਜਾਓ ਫਿਰ ਪਿੱਛੇ, ਗਰਮੀ ਹੈਗੀ ਥੋੜ੍ਹੀ, ਹੈ ਨਾ? ਇੱਧਰੋਂ ਬਾਈ ਯਾਰ, ਉਤਰਿਆ ਹੀ ਮਾੜਾ ਥੱਲੇ, ਇਹ ਲਾ ਦਾਂਗੇ ਏਸੀ ਉਸੇ ਕੱਢਦਾ ਹੀ ਵਾਟਾ। ਹਾਂ ਬਾਈ ਯਾਰ, ਆਹ ਤਾਂ ਤੁਸੀਂ ਰੱਖੀ ਹੋਣੇ ਲਿਆ ਕੇ, ਹੈ ਨਾ? ਹਾਂ, ਇਹ ਤੁਸੀਂ ਆਹ ਲੈ ਕੇ ਆਏ ਜੀ, ਹੈ ਨਾ? ਹਾਂ, ਤੇ ਇੱਥੇ ਯਾਨੀ ਕਿ ਪਹਿਲਾਂ ਸੀਟਾਂ ਸੀਗੀਆਂ? ਹਾਂ, ਇੱਥੇ ਦੂਜੀਆਂ ਓਰੀਜਨਲ ਸੀਟਾਂ ਜਿਵੇਂ ਤਾਂ ਬਾਲੀਆਂ ਹੋਰ ਹੋਈ, ਉਹ ਖਰਾਬ ਜਿਹੀ ਹੋਈਆਂ ਪਈਆਂ, ਹੈ ਨਾ? ਉਹ ਜਿਹੜੀਆਂ ਪਈਆਂ ਥੱਲੇ, ਆ ਥੱਲੇ ਪਈਆਂ। ਅੱਛਾ, ਤੇ ਇੱਥੇ ਘੱਟੋ ਘੱਟ ਵੀ ਮਿਲਾ ਤਾਂ ਸਭ 20-22 ਜਣੇ ਸਫ਼ਰ ਕਰਦੇ ਹੋਣੇ ਆ? ਮੌਜ ਜਾਣਾ ਨਾ, ਦੋ ਪਾਇਲਟ ਬਾਹਰ ਕੱਢ ਦੂ, 24-25 ਜਣੇ ਸਫ਼ਰ ਕਰਦੇ ਆ। ਉਹ ਪਿੱਛੇ ਕੀ ਬਾਈ ਇਹਦੇ, ਉਹ ਕਿ ਪਿੱਛੇ ਉਹ ਸੱਚ, ਹੈ ਨਾ? ਰੂਮ ਪੁਸ਼ੀ ਉਹ ਬੰਦ ਜਾ ਕੀਤਾ ਵਾ। ਆਇਆ, ਚਲੋ ਆਪਾਂ ਉੱਤਰ ਕੇ ਮਾੜਾ ਜਿਹਾ ਮਾਰੀਏ ਝਾਤੀ, ਹੈ ਨਾ? ਅੱਛਾ, ਆਹ ਕੈਮਰੇ ਲਾਏ ਹੋਏ ਆ ਵਿੱਚ। ਉਹ ਫਿਰ ਪਤਾ ਨਹੀਂ ਲੱਗਦਾ ਕੀ ਆਈ ਜਾਂਦਾ ਬੰਦੇ ਪਰ। ਤਾਂ ਬਾਈ ਜੀ, 1,00,000 ਰੁਪਇਆ ਤਾਂ ਇਕੱਲਾ ਕਿਰਾਇਆ ਹੀ ਲਾ। ਇਹ ਬਾਈ ਕਿੰਨੇ ਘੰਟਿਆਂ 'ਚ ਆਇਆ ਇੱਥੇ ਤੱਕ ਯਾਰ? ਉੱਥੋਂ ਕਿਹੜੀ ਜਗ੍ਹਾ ਦੱਸੀ ਸੀ ਤੁਸੀਂ? ਮਾਨਸਾ, ਹੈ ਨਾ? ਅਸੀਂ ਸੁਬਾਹ ਹੀ ਤੁਰੇ ਸੀ ਬਾਈ ਯਾਰ, ਤੜਕੇ 4 ਵਜੇ। ਅੱਛਾ, ਤੇ ਰਾਤ ਦੇ 11 ਵੱਜ ਗਏ ਸੀ ਇੱਥੇ, ਰਾਤ ਦੇ 11 ਵਜੇ ਤੇ ਵਿੱਚ ਹੀ ਟਰੱਕ ਦੇ ਤੁਸੀਂ ਆਏ ਜੇ ਨਾਲ? ਹੈ, ਹਾਂ, ਟਰੱਕ ਦੇ ਨਾਲ ਨਾਲ। ਇਹ ਰਬੜੀ ਇੰਨੀ ਭਾਰੀ ਇਹਦੀ, ਹੈ ਆਪ ਕਸਾ ਕਸਾਈ ਕੀਤੀ? ਬੜੀ ਲੰਮੀ ਆ ਯਾਰ, ਮੈਨੂੰ ਤਾਂ ਲੱਗਦਾ ਅਸੀਂ ਤਾਂ ਵੇਖ, ਕਿਉਂਕਿ ਆਪਾਂ ਤਾਂ ਪਹਿਲੀ ਵਾਰੀ ਵੇਖਿਆ ਬਾਈ, ਅੱਖਾਂ ਨਾਲ ਹੀ ਪਹਿਲੀ ਵਾਰੀ ਵੇਖਿਆ ਜੀ ਤੁਹਾਡੀ। 65 ਫੁੱਟ ਲੰਮਾ? ਹੈਂ? 65 ਫੁੱਟ ਲੰਮਾ ਹੈ, 65 ਫੁੱਟ ਲੰਮਾ ਹੈ।
ਆ ਦੋ ਇੰਜਣ ਇਹ ਸਲੰਸਰ ਆ ਇਹ ਸਲੰਸਰ ਆ ਜਿੱਥੋਂ ਧੂੰ ਆਇਆ ਨਿਕਲਦਾ ਜਾਨੀ ਕਿ ਦੋ ਇੰਜਣ ਤਾਂ ਮਿੱਤਰੋ ਬਾਈ ਦਾ ਨੰਬਰ ਦੇ ਦਾਂਗੇ ਬਾਈ ਜੱਗੇ ਦਾ ਤੁਸੀਂ ਕਨੈਕਟ ਕਰ ਸਕਦੇ ਹੋ ਤਾਂ ਬਾਈ ਨੇ ਯਾਨੀ ਕਿ ਸਾਰੀ ਜ਼ਿੰਦਗੀ ਦੀ ਜਿੰਨੀ ਵੀ ਕਮਾਈ ਸੀ ਸਾਰੀ ਇਸ ਜਹਾਜ਼ 'ਤੇ ਲਾਤੀ ਆ ਕਿਉਂ ਲਾਤੀ ਆ ਕਿਉਂਕਿ ਬਾਈ ਦਾ ਇੱਕ ਸੁਪਨਾ ਛੋਟਾ ਜਿਹਾ ਹੋਟਲ ਖੋਲ੍ਹਣਾ ਹੈ ਨਾ ਵੀ ਪਿੰਡ ਕੋਟਲੀ ਦੇ ਬੰਦੋ ਆ ਛੋਟਾ ਜਿਹਾ ਉਹਨਾਂ ਦਾ ਇੱਕ ਸੁਪਨਾ ਵੀ ਛੋਟਾ ਜਿਹਾ ਹੋਟਲ ਖੁੱਲ੍ਹ ਜੇ ਅਤੇ ਚਲੋ ਕਿਹਨੂੰ ਚਾਅ ਨਹੀਂ ਹੁੰਦਾ ਅਤੇ ਬਾਈ ਨੇ ਇੱਕ ਵੱਖਰੀ ਸੋਚ ਸੋਚੀ ਅਤੇ ਹੈਲੀਕਾਪਟਰ ਲਿਆ ਕੇ ਰੱਖ ਲਿਆ ਵੀ ਆਹ ਵੇਖੋ ਇਹਨਾਂ ਦੇ ਪਲਾਟ 'ਚ ਪਿਆ ਇੱਧਰ ਬਾਈ ਦਾ ਕੰਮ ਆ ਵੈਲਡਿੰਗ ਦਾ ਚੰਗਾ ਕੰਮ ਚੱਲਦਾ ਬਾਈ ਕੋਈ ਮਾੜਾ ਮੋਟਾ ਨਹੀਂ ਗਾ ਅਤੇ ਆਹ ਇਹਨਾਂ ਦਾ ਸੁਪਨਾ ਬਾਈ ਜੀ ਮੈਂ ਤਾਂ ਕਹਿੰਦਾ ਵੀ ਵਾਹਿਗੁਰੂ ਬਾਈ ਜੱਗੇ ਜਲਦੀ ਕੰਪਲੀਟ ਕਰੇ ਅਤੇ ਜਿੱਦਣ ਬਾਈ ਤੂੰ ਕੀਤਾ ਨਾ ਕੰਮ ਅਤੇ ਮੇਰਾ ਵੀਰ ਮੇਰਾ ਨੰਬਰ ਤੂੰ ਨੋਟ ਕਰ ਹੀ ਲੈਣਾ ਅਤੇ ਆਪਾਂ ਵੀਡੀਓ ਪਾਵਾਂਗੇ ਠੀਕ ਹੈ ਕੋਈ ਗੱਲ ਨਹੀਂ ਬਾਈ ਅਤੇ ਚੰਗਾ ਬਾਈ ਬਹੁਤ ਮਿਹਰਬਾਨੀ ਬਾਈ ਤੁਸੀਂ ਟਾਈਮ ਦਿੱਤਾ ਬਹੁਤ ਮਿਹਰਬਾਨੀ ਹਾਂਜੀ ਧੰਨਵਾਦ ਬਾਈ ਠੀਕ